ਦੈਨਿਕ ਦੇ ਇਸ ਵੇਲੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਨਰੇਸ਼ ਸ਼ਰਮਾ ਫਲੋਰ ਤੋਂ। ਪਿਛਲੇ ਕੁਛ ਦਿਨਾਂ ਫਲੋਰ ਵਿੱਚ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਅਚਾਨਕ ਬਹੁਤ ਜ਼ਿਆਦਾ ਬੜੋਤਰੀ ਹੋ ਗਈ ਸੀ, ਜਿਸ ਨੂੰ ਲੈ ਕੇ ਪੁਲਿਸ ਅਫਸਰ ਵੀ ਪਰੇਸ਼ਾਨ ਸੀ ਕਿ ਇਹ ਲੁੱਟ ਖੋਹ ਦੇ ਜਿਹੜੇ ਬੰਦੇ ਨੇ ਕਿੱਥੋਂ ਆਏ ਅਤੇ ਕੀ ਕਰ ਰਹੇ ਨੇ। ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ। 96% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ 'ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ। ਸਰਕਾਰੀ ਹਸਪਤਾਲਾਂ 'ਤੇ ਬਰਡਨ ਬਹੁਤ ਘੱਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ, ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਜ਼ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਘ ਨੇ ਬਹੁਤ ਪਰੇਸ਼ਾਨ ਕਰਿਆ ਅਤੇ ਜੀ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਈ ਲੈਂਦਾ ਰਿਹਾ, ਫਿਰ ਇੱਥੇ ਆ ਕੇ ਲਿੱਤੀ ਜੀ, ਟੈਸਟ ਫਰੀ ਹੋਇਆ, ਇੱਥੋਂ ਮੈਂ ਠੀਕ ਹੋ ਗਿਆ, ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ, ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ, ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ 'ਚ ਪਹੁੰਚ ਜਾਂਦੀ ਹੈ, ਟੋਟਲ ਪੇਪਰਲੈਸ ਹੈ। ਮਾਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ, ਵਧੀਆ ਕੰਮ ਕਰਿਆ ਸਰਕਾਰ ਨੇ, ਗਰੀਬਾਂ ਦਾ ਭਲਾ ਕਰਤਾ। ਪੰਜਾਬੀ 'ਚ ਕਿਹਾ ਜਾਂਦਾ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਅਸੀਂ ਜਦੋਂ ਸਹੁੰ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟੌਪ ਕਲਾਸ ਦਾ ਇਲਾਜ ਹੋਵੇ। ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ, ਔਰ ਮੈਂ ਕੋਈ ਆਸਾਨ ਨਹੀਂ ਕਰ ਰਿਹਾ ਤੁਹਾਡੇ 'ਤੇ, ਮੇਰਾ ਫਰਜ਼ ਹੈ ਜੀ। ਇਸ ਨੂੰ ਲੈ ਕੇ ਅੱਜ DSP ਫਲੋਰ ਸਰਵਨ ਸਿੰਘ ਜੀ ਬਾਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਦੱਸਿਆ ਗਿਆ ਕਿ ਉਹਨਾਂ ਵਿੱਚੋਂ ਲਗਭਗ 3 ਆਰੋਪੀ ਦਾ ਪਕੜੇ ਗਏ ਨੇ, ਜਿਨ੍ਹਾਂ ਬਾਰੇ ਉਹਨਾਂ ਨੂੰ ਪੂਰੀ ਵੇਰਵਾ ਦੇ ਰਹੇ ਨੇ। ਸਰ, ਜਿਹੜੇ 3 ਆਰੋਪੀ ਪਕੜੇ ਗਏ ਨੇ ਲੁੱਟ ਖੋਹ ਦੇ, ਇਹਦੇ ਵਿੱਚ ਅਸੀਂ 230 ਨੰਬਰ ਅਤੇ 224 ਨੰਬਰ FIR ਦਰਜ ਕੀਤੀ ਗਈ ਆ, ਜਿਨ੍ਹਾਂ ਵਿੱਚ ਅਸੀਂ 2 ਦੋਸ਼ੀ ਗ੍ਰਿਫਤਾਰ ਕੀਤੇ ਨੇ। ਇੱਕ ਪੁਰਾਣਾ ਮੁਕੱਦਮਾ ਸੀ ਪ੍ਰੋਟੈਕਸ਼ਨ ਐਕਟ 'ਤੇ, ਜਿਹੜਾ ਤੀਸਰਾ ਦੋਸ਼ੀ ਉਹਦੇ 'ਚ ਲਿਆਂਦਾ ਗਿਆ ਸੀ। ਇਹ ਸਾਡੇ ਮਾਣਯੋਗ SSP ਸਾਹਿਬ ਵੱਲੋਂ ਮਾੜੇ ਅੰਸਰਾਂ ਦੇ ਖਿਲਾਫ ਅਤੇ ਨਸ਼ੇ ਦੇ ਵਿਰੁੱਧ ਜਿਹੜੀ ਚਲਾਈ ਗਈ ਮੁਹਿੰਮ ਉਹਦਾ ਇੱਕ ਹਿੱਸਾ ਹੈਗਾ। ਇਹਦੇ ਵਿੱਚ ਬਹੁਤ ਚੰਗਾ ਕੰਮ ਕਰਦਿਆਂ ਹੋਇਆਂ ਸਾਡੇ ਫਲੋਰ ਦੇ SHO ਸਰਦਾਰ ਸਰਦੇਵ ਸਿੰਘ ਅਤੇ ਉਹਨਾਂ ਦੀ ਟੀਮ ਨੇ ਇਹਨਾਂ 2 ਮਾੜੇ ਅੰਸਰਾਂ ਨੂੰ ਗ੍ਰਿਫਤਾਰ ਕੀਤਾ ਹੈਗਾ। ਇਹਨਾਂ ਤੋਂ ਕਰੀਬ 25 ਵਾਰਦਾਤਾਂ ਜਿਹੜੀਆਂ ਨੇ ਉਹ ਟਰੇਸ ਹੋਈਆਂ ਨੇ। ਸਰ, ਰਿਕਵਰੀ ਕੀ ਹੋਈ, ਹਥਿਆਰ ਕੀ ਰਿਕਵਰ ਹੋਏ? ਇਹਨਾਂ ਦੇ ਕੋਲ ਅਸੀਂ 2 ਦਾਤਰ ਟਰੇਸ ਕੀਤੇ ਨੇ, ਪਲੱਸ 5 ਮੋਬਾਈਲ ਜਿਹੜਾ ਕਿ ਖੋਹ ਕੇ ਵਰਦੇ ਸਨ, ਇੱਕ ਪਰਸ ਹੋਰ। ਇਹਨਾਂ ਦੀ ਰਿਕਵਰੀ ਜਿਹੜੀ ਆ ਪੁਲਿਸ ਰਿਮਾਂਡ ਇਹਨਾਂ ਦਾ ਲੈ ਕੇ ਲਿਆ ਜਾ ਰਿਹਾ ਅੱਜ। ਉਸ ਤੋਂ ਬਾਅਦ ਇਹਨਾਂ ਨੇ ਕਾਫੀ ਵਾਰਦਾਤਾਂ ਕੀਤੀਆਂ, ਜਿਸ ਤਰ੍ਹਾਂ ਇਹਨਾਂ ਕੋਲ ਸੰਭਾਵਨਾ ਹੈਗੀ ਕਾਫੀ ਕੁਝ ਮਿਲਦੀ ਸੰਭਾਵਨਾ ਹੈਗੀ ਹੈ। ਪੇਸ਼ੇਵਰ ਮੁਜਰਮ ਨੇ? ਬਿਲਕੁਲ, ਇਹਨਾਂ 'ਤੇ ਆਲਰੇਡੀ ਮੁਕੱਦਮੇ ਦਰਜ ਨੇ। ਇਹਨਾਂ ਦੇ ਵਿੱਚ ਇੱਕ ਜਿਹੜਾ ਮੇਨ ਦੋਸ਼ੀ ਹੈਗਾ ਬੌਬੀ, ਉਹਦੇ ਕੋਲੋਂ ਜਿਹੜਾ ਹੈਗਾ ਉਹ ਪਹਿਲਾਂ ਇਹਦੇ 'ਤੇ ਜਿਹੜਾ ਸੀ ਇੱਕ ਮੁਕੱਦਮੇ ਦੇ ਵਿੱਚ 307 ਦਾ ਸਾਡਾ ਹੀਨੀਅਸ ਮੁਕੱਦਮਾ ਸੀ, ਉਹਦੇ ਵਿੱਚ PO ਸੀ, ਉਹਦੇ ਵਿੱਚ ਇਹਦੀ ਗ੍ਰਿਫਤਾਰੀ ਪਾਈ ਜਾਵੇਗੀ। ਸਰ, ਇਸ ਤੋਂ ਇਲਾਵਾ ਜਿਸ ਤਰ੍ਹਾਂ ਇੱਕ ਬੜਾ ਫੇਮਸ ਨਾਮ ਆ ਰਿਹਾ ਫਲੋਰ ਸ਼ਹਿਰ ਦੇ ਵਿੱਚ, ਮੋਟਾ ਜਿਹੜਾ ਕਾਫੀ ਵਾਰਦਾਤਾਂ ਵਿੱਚ ਇਨਵੋਲਵ ਹੈ, ਉਹਦੇ ਬਾਰੇ ਇੱਕ ਨਿਕਲ ਜਾਂਦਾ। ਇਹ ਜਿਹੜੀ 230 ਨੰਬਰ FIR ਦਰਜ ਹੋਈ ਹੈ ਗੌਰਵ ਅਤੇ ਮੋਟੇ ਦੇ ਬਰਖਿਲਾਫ, ਇਹਨਾਂ ਨੇ ਕਾਫੀ ਵਾਰਦਾਤਾਂ ਕੀਤੀਆਂ, ਜਿਹੜੀਆਂ 25 ਵਾਰਦਾਤਾਂ ਕੀਤੀਆਂ ਨੇ। ਇਹ ਇਹਨਾਂ ਦੀ ਬਦੌਲਤ ਆ ਇਹ ਗੌਰਵ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਇਹ ਭਗੌੜਾ ਪਰ ਇਹਨੂੰ ਜਲਦੀ ਹੀ ਅਸੀਂ ਇੱਥੇ ਸਕੰਜਾ ਕੱਸ ਕੇ ਇਹਨੂੰ ਮੋਟੇ ਨੂੰ ਫੜ ਲਾਂਗੇ, ਜਿਹਦੇ ਨਾਲ ਫਲੋਰ ਦੇ ਨਜ਼ਦੀਕੀ ਏਰੀਏ ਦੇ ਵਿੱਚ ਕਰੀਬ 25 ਤੋਂ 50 ਵਾਰਦਾਤਾਂ ਜਿਹੜੀਆਂ ਨੇ ਪਿਛਲੇ ਸਮੇਂ 1 ਸਾਲ ਦੇ ਵਿੱਚ ਕੀਤੀਆਂ ਨੇ ਉਹ ਟਰੇਸ ਕੀਤੀਆਂ ਜਾਣਗੀਆਂ।
ਸਰ ਇਸ ਤੋਂ ਇਲਾਵਾ ਜਿਸ ਤਰ੍ਹਾਂ ਫਲੋਰ ਏਰੀਏ 'ਚ ਯਾਨੀ ਕਿ ਲਗਭਗ ਜਿੱਦਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਛ ਦਿਨਾਂ ਤੋਂ ਪੁਲਿਸ ਦੀ ਮੂਵਮੈਂਟ ਇੱਕਦਮ ਬੜੀ ਐਕਟਿਵ ਹੋ ਗਈ, ਪੁਲਿਸ ਐਕਟਿਵ ਰੋਲ ਪਲੇ ਕਰ ਰਹੀ ਹੈ, ਯਾਨੀ ਕਿ ਜਿਸ ਜਸਟ ਜਾਂ PCR ਵਗੈਰਾ ਉਹਨਾਂ ਦੀ ਮੂਵਮੈਂਟ ਹੋਰ ਤੇਜ਼ ਕੀਤੀ ਜਾ ਸਕਦੀ ਹੈ ਆਉਣ ਵਾਲੇ ਦਿਨਾਂ 'ਚ? ਇਹ ਬਿਲਕੁਲ ਤੇਜ਼ ਕੀਤੀ ਜਾਵੇਗੀ ਜੀ। ਜਦੋਂ ਕਿਸੇ ਵੀ ਬੰਦੇ ਨੂੰ ਅਸੀਂ ਕ੍ਰਿਮੀਨਲ ਨੂੰ ਫੜਦੇ ਹਾਂ ਉਹਦੇ ਪ੍ਰੀਵੀਅਸ ਹਿਸਟਰੀ ਅਸੀਂ ਚੈੱਕ ਕਰਦੇ ਹਾਂ, ਅਤੇ ਕੋਈ ਵੀ ਸਾਨੂੰ ਹਿਊਮਨ ਇੰਟੈਲੀਜੈਂਸ ਜਿਹੜੀ ਕਿ ਪਹਿਲਾਂ ਪੁਲਿਸ ਕਈ ਨਾ ਛੱਡ ਦਿੰਦੀ ਹੈਗੀ ਆ, ਉਹ ਜਦੋਂ ਅਸੀਂ ਕਿਸੇ ਨੂੰ ਫੜਦੇ ਹਾਂ ਅਤੇ ਲੋਕਾਂ ਦਾ ਰਾਬਤਾ ਅੱਛਾ ਹੋ ਜਾਂਦਾ, ਉਹ ਸਾਨੂੰ ਇਹਦੇ ਬਾਰੇ ਪਬਲਿਕ ਇਨਫੋਰਮੇਸ਼ਨ ਦਿੰਦੀ ਆ, ਅਤੇ ਉਸ ਇਨਫੋਰਮੇਸ਼ਨ 'ਤੇ ਅਸੀਂ ਅਸਰਦਾਰ ਢੰਗ ਨਾਲ ਜਿਹੜਾ ਵਾ ਉਹ ਰਿਐਕਟ ਕਰਦੇ ਹਾਂ ਅਤੇ ਉੱਤੇ ਕਾਰਵਾਈ ਕਰਦੇ ਹਾਂ। ਸਰ ਲੋਕਾਂ ਨੂੰ ਜਿਹੜੇ ਅਵੇਅਰ, ਤੁਸੀਂ ਐਜ਼ ਏ DSP ਪਹਿਲਾਂ SHO ਰਹੇ, ਬੜੀਆਂ ਅੱਛੀਆਂ ਸੇਵਾਵਾਂ ਦਵਾਈਆਂ ਫਲੋਰ 'ਚ, ਬਤੌਰ DSP ਦੁਆਰਾ ਤੁਸੀਂ ਇੱਥੇ ਆਏ ਹੋ, ਤੁਹਾਨੂੰ ਸ਼ਹਿਰ ਬਾਰੇ ਵੀ ਕਾਫੀ ਨੌਲੇਜ ਹੈ, ਸ਼ਹਿਰ ਦੇ ਜਿਹੜੇ ਪਤਵੰਤੇ ਸੱਜਣ ਆ ਜਾਂ ਸ਼ਹਿਰ ਦੇ ਜਿਹੜੇ ਸਿਆਣੇ ਬੰਦੇ ਆ, ਉਹਨਾਂ ਲਈ ਕੋਈ ਮੈਸੇਜ ਦੇਣਾ ਚਾਹੋਗੇ ਕਿ ਸ਼ਹਿਰ ਦੇ ਜਿਹੜੇ ਹਾਲਾਤ ਨੇ ਕਿਸ ਤਰ੍ਹਾਂ ਉਹਨਾਂ ਨੂੰ ਸੁਧਾਰ ਕੀਤਾ ਜਾ ਸਕੇ? ਇਸ ਏਰੀਏ ਦੇ ਵਿੱਚ ਜਿਹੜਾ ਹੈਗਾ ਸਾਡੇ 4 ਹੌਟਸਪੋਟ ਹੈਗੇ ਜਿੱਥੇ ਨਸ਼ਾ ਦਾ ਕੰਮ ਚੱਲਦਾ ਹੈਗਾ। ਸਾਨੂੰ ਅਸੀਂ ਜਿਹੜੇ ਰਿਸਪੈਕਟੇਬਲ ਪਰਸਨ ਆ ਉਹਨਾਂ ਦੀ ਸਾਡੇ ਥਾਣੇ 'ਤੇ ਸਾਡੇ ਦਫ਼ਤਰ ਇੱਜ਼ਤ ਮਾਣ, ਕੋਈ ਵੀ ਉਹਨਾਂ ਤੋਂ ਬਿਨਾਂ ਆਮ ਜਿਹੜਾ ਪਬਲਿਕ ਦਾ ਕੋਈ ਵੀ ਵਿਅਕਤੀ ਮਿਲਣ ਆਉਂਦਾ ਉਹਨੂੰ ਪਹਿਲ ਦੇ ਆਧਾਰ 'ਤੇ ਅਸੀਂ ਉਹਦੀਆਂ ਜਿਹੜੀਆਂ ਕੋਈ ਦੁੱਖ ਤਕਲੀਫ ਆ ਉੱਤੇ ਕਾਰਵਾਈ ਕਰਾਂਗੇ। ਇਹ ਸਾਡਾ ਪੁਲਿਸ ਦਾ ਜਿਹੜਾ ਫਲੋਰ ਪੁਲਿਸ ਵੱਲੋਂ ਇੱਥੇ ਤਵੱਜੋ ਦਿੱਤੀ ਜਾਵੇਗੀ। ਅਤੇ ਦੋਸ਼ੀ ਜਿਹੜੇ ਆਰੋਪੀ ਨੇ ਜਿਹੜੇ ਸ਼ਰਾਰਤੀ ਅੰਸਰ ਨੇ, ਸ਼ਰਾਰਤੀ ਅੰਸਰਾਂ ਦੇ ਜਿਹੜੇ ਉਹਨਾਂ ਦੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਊਗੀ ਅਤੇ ਸਖਤੀ ਨਾਲ ਕਾਰਵਾਈ ਕੀਤੀ ਜਾਊਗੀ। ਜਦੋਂ ਹੱਥ ਪਾਈ ਜਾਵੇਗੀ ਨਸ਼ੇ 'ਤੇ ਅਤੇ ਜਿਹੜੇ ਹੁੱਲੜਬਾਜ਼ੀ ਕਰਦੇ ਨੇ ਉਹਨਾਂ ਨੂੰ ਵੀ ਹੱਥ ਪਾਈ ਜਾਵੇਗੀ, ਹੁੱਲੜਬਾਜ਼ਾਂ ਉੱਤੇ ਨੱਥ ਪਾਈ ਜਾਵੇਗੀ। ਇਹ ਕਹਿਣਾ ਸਰਦਾਰ ਸਰਵਨ ਸਿੰਘ ਬਾਜੀ, DSP ਫਲੋਰ, ਜਿਨ੍ਹਾਂ ਨੇ ਰੀਸੈਂਟਲੀ ਹੀ ਐਜ਼ ਏ DSP ਫਲੋਰ ਜੁਆਇਨ ਕੀਤਾ, ਔਰ ਉਹਨਾਂ ਨੇ ਆਉਣ ਤੋਂ ਬਾਅਦ ਇਹਦੇ ਪਹਿਲੀ ਪ੍ਰੈਸ ਕਾਨਫਰੰਸ ਸੀ ਜਿਸ 'ਚ ਦੱਸਿਆ ਕਿ ਲਗਭਗ ਕਾਫੀ ਆਰੋਪੀ ਜਿਹੜੇ ਨੇ ਜਿਹੜੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਪਕੜੇ ਗਏ ਨੇ, ਅਤੇ ਬਾਕੀ ਜਿਹੜੇ 1-2 ਰਹਿੰਦੇ ਨੇ ਉਹਨਾਂ ਨੂੰ ਵੀ ਜਲਦੀ ਹੀ ਅਰੈਸਟ ਕਰ ਲਿਆ ਗਿਆ। ਨਰੇਸ਼ ਸ਼ਰਮਾ, ਦੈਨਿਕ ਸਵੇਰਾ ਫਲੋਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ WhatsApp ਚੈਨਲ ਪਰ।